ਅਬੋਹਰ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਜਦ ਲੁੱਟਾਂ ਖੋਹਾਂ ਕਰਨ ਵਾਲੇ ਨੂੰ ਗੈਂਗ ਲੁੱਟ ਦੀ ਪਲਾਨਿੰਗ ਕਰਦੇ ਹੋਏ ਪੁਲਿਸ ਨੇ ਕਾਬੂ ਕਰ ਲਿਆ। ਜਾਣਕਾਰੀ ਦਿੰਦੇ ਹੋਏ ਅਬੋਹਰ ਸਬ ਡਿਵੀਜ਼ਨ ਦੇ ਡੀਐਸਪੀ ਨੇ ਦੱਸਿਆ ਕਿ ਗੈਂਗ ਦੇ 5-7 ਜਿਨ੍ਹਾਂ ਦੀ ਉਮਰ ਮਹਿਜ 20 ਤੋਂ 24 ਸਾਲ ਦੇ ਵਿਚਕਾਰ ਹੈ ਤੇ ਨੌਜਵਾਨ ਅਬੋਹਰ ਦੇ ਫਾਜ਼ਿਲਕਾ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਪੈਟਰੋਲ ਪੰਪ ਦੇ ਕਰਿੰਦਿਆਂ ਕਰਮਚਾਰੀਆਂ ਬੈਂਕਾਂ 'ਚ ਪੈਸੇ ਕਢਵਾਉਣ ਵਾਲੇ ਤੇ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਪਿਛਲੇ ਦਿਨੀ ਹੋਈ ਅਬੋਹਰ ਦੀ ਇੱਕ ਪੈਟਰੋਲ ਪੰਪ ਦੀ ਲੁੱਟ ਨੂੰ ਵੀ ਕਬੂਲ ਕੀਤਾ ਤੇ ਉਹ ਇਸ ਸਭ ਇੱਕ ਖਡੌਣਾ ਪਿਸਤੌਲ ਦਿਖਾ ਕੇ ਕਰਦੇ ਸਨ। 5 ਮੈਂਬਰਾਂ ਦਾ ਇੱਕ ਗੈਂਗ ਸੀ ਜਿਹੜਾ ਸ਼ਹਿਰ 'ਚ ਫਾਜ਼ਿਲਕਾ 'ਚ ਪੈਟਰੋਲ ਪੰਪ ਜਿਹੜੇ ਫਾਈਨਾਂਸ ਹੁੰਦੇ ਨੇ ਕਿਸ਼ਤਾਂ ਇਕੱਠੀਆਂ ਕਰਕੇ ਲੈ ਜਾਂਦੇ ਨੇ ਜਾਂ ਰਾਤ ਨੂੰ ਰਾਹ ਗਿਰ ਜਾਂਦੇ ਸੀ ਉਹਨਾਂ ਤੋਂ ਪੈਸੇ ਵਗੈਰਾ ਲੁੱਟ ਲੈਂਦੇ ਸੀ। ਇਹ ਅਸੀਂ ਗ੍ਰਿਫਤਾਰ ਕੀਤੇ ਨੇ। ਇਹਨਾਂ ਨੇ ਇੱਕ ਬੇਗਾ ਵਾਲੀ ਪੈਟਰੋਲ ਪੰਪ ਤੋਂ 15,000 ਰੁਪਇਆ ਲੁੱਟਿਆ ਸੀ। ਇਸੇ ਤਰ੍ਹਾਂ 24,000 ਰੁਪਇਆ ਇੱਕ ਫਾਈਨੈਂਸਰ ਸੀਗਾ ਉਹ ਅਭੁੰਨ ਕੋਲ ਪੈਸੇ ਇਕੱਠੇ ਕਰਕੇ ਲੈ ਕੇ ਜਾ ਰਿਹਾ ਸੀ ਉਸ ਤੋਂ ਲੁੱਟਿਆ ਸੀ। 3-4 ਦਿਨ ਪਹਿਲਾਂ ਇਹਨਾਂ ਨੇ ਇਹ ਸ਼ਤੀਰ ਵਾਲੇ ਕੋਲ ਕੋਈ ਲੜਕਾ ਇੱਥੇ ITI ਚਲ ਗਿਆ ਸੀ ਉਹਦਾ ਮੋਬਾਈਲ ਵਗੈਰਾ ਅਤੇ ਪੈਸੇ ਉਸ ਤੋਂ ਖੋਹ ਲਏ ਸੀ ਜਿਸ ਸੰਬੰਧ 'ਚ ਅਸੀਂ ਇਹ ਮੁਕੱਦਮੇ ਪਹਿਲਾਂ ਹੀ ਦਰਜ ਕੀਤੇ ਹੋਏ ਸੀ। ਕੱਲ੍ਹ ਜਿਹੜੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਉੱਥੇ ਸ਼ਤੀਰ ਵਾਲਾ ਨਹਿਰ ਦੀ ਪਟੜੀ 'ਤੇ 5 ਜਿਹੜੇ ਆਦਮੀ ਨੇ ਇਹ ਫਿਰ ਉੱਥੇ ਆਪਣੀ ਯੋਜਨਾ ਬਣਾ ਰਹੇ ਨੇ ਕਿ ਤਾਂ ਕਿ ਰਾਤ ਨੂੰ ਕਿਸੇ ਰਾਹਗੀਰ ਨੂੰ ਲੁੱਟ ਲਿਆ ਜਾਵੇ। ਉੱਥੇ ਕਾਰਵਾਈ ਕਰਦੇ ਹੋਏ SHO ਜਿਹੜਾ ਖੂਹੀ ਖੇੜਾ ਸੀ ਇੰਸਪੈਕਟਰ ਜਸਵੰਤ ਸਿੰਘ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 12 ਮੋਬਾਈਲ 2 ਕਾਪੇ 1 ਕਿਰਪਾਨ ਅਤੇ 1 ਟੋਆਏ ਜਿਹੜਾ ਪਿਸਟਲ ਹੈ ਜਿਹੜਾ ਜਿਹਨੂੰ ਡਰਾ ਕੇ ਰਾਤ ਨੂੰ ਇਹ ਪੈਸੇ ਲੁੱਟੇ ਸੀ ਉਹ ਬਰਾਮਦ ਕੀਤਾ ਗਿਆ। ਇਹਨਾਂ ਕੋਲੋਂ ਬਰਾਮਦ ਹੋਏ ਨੇ ਇਹ 12 ਮੋਬਾਈਲ ਹੋਏ ਨੇ ਪੁੱਛਗਿੱਛ ਇਹਨਾਂ ਕੋਲ ਚੱਲ ਰਹੀ ਹੈ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਮਾਰ ਲਿਆ ਜਾਊਗਾ ਅਤੇ ਸਾਡੇ ਸ਼ਹਿਰ ਦੇ ਵਿੱਚ ਕਾਫੀ ਮੋਟਰਸਾਈਕਲ ਜਿਹੜੇ ਇਹਨਾਂ ਨੇ ਚੋਰੀ ਹੋਏ ਕੀਤੇ ਨੇ ਉਹਨਾਂ ਦੀ ਸਾਨੂੰ ਸੰਭਾਵਨਾ ਵੀ ਉਹ ਟਰੇਸ ਹੋ ਜਾਣਗੇ ਸਰ। ਪੁਲਿਸ ਨੇ ਮੁਲਜ਼ਮਾਂ ਪਾਸੋਂ 3 ਚੋਰੀ ਦੇ ਮੋਟਰਸਾਈਕਲ 1 ਕਿਰਪਾਨ 2 ਕਾਪੇ ਤੇ 12 ਮੋਬਾਈਲ ਫੋਨ ਬਰਾਮਦ ਕੀਤੇ ਨੇ। ਇਹਨਾਂ ਵਿੱਚੋਂ ਕਈ ਦੋਸ਼ੀਆਂ ਤੇ ਹੱਤਿਆ ਸਮੇਤ ਹੋਰ ਕਈ ਵਾਰਦਾਤਾਂ ਦੇ ਮੁਕੱਦਮੇ ਵੀ ਦਰਜ ਨੇ। ਪੁੱਛਗਿੱਛ ਦੌਰਾਨ ਹਾਲੇ ਹੋਰ ਕਈ ਵਾਰਦਾਤਾਂ ਦੇ ਹੱਲ ਹੋਣ ਦੀ ਪੁਲਿਸ ਵੱਲੋਂ ਉਮੀਦ ਜਤਾਈ ਜਾ ਰਹੀ ਹੈ। ਅਬੋਹਰ ਤੋਂ ਸੰਜੀਵ ਅਰੋੜਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤਾਂ ਤੁਸੀਂ ਮਿਲ ਸਕਦੇ ਹੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਨਾਲ।